ਕੰਮ ਕਾਰ ਜੀ, ਪਹਿਲਾਂ ਮੈਂ ਮਿਸਤਰੀ ਦਾ ਕੰਮ ਕਰਦਾ ਸੀ, ਮੈਨੂੰ ਕਿਡਨੀ ਪ੍ਰੋਬਲਮ ਹੋਣ ਕਰਕੇ ਮੈਂ ਹੁਣ ਕੰਮ ਨਹੀਂ ਕਰ ਪਾਉਂਦਾ ਜੀ। ਮੈਨੂੰ 5-6 ਸਾਲ ਹੋ ਗਿਆ ਜੀ ਕਿਡਨੀ ਪ੍ਰੋਬਲਮ ਹੈ। ਕਿਡਨੀ ਦਾ ਇਲਾਜ ਜੀ ਮੈਂ ਹੋਮਿਓਪੈਥਿਕ ਦੀ ਦਵਾਈ ਖਾਂਦਾ ਜੀ, ਫਰਕ ਹੈ ਜੀ। ਬਾਕੀ ਦਵਾਈ ਖਾਣ ਨਾਲ ਹੀ ਹੱਲ ਹੈ ਜੀ, ਠੀਕ ਤਾਂ ਹੋ ਨਹੀਂ ਸਕਦੀ ਜੀ। ਰੁਜ਼ਗਾਰ ਹੈ ਜੀ, ਘਰ ਦੇ ਵੀ ਲੱਗੇ ਹੋਏ ਆ ਕੰਮ 'ਤੇ, ਇਸ ਕਰਕੇ ਰੁਜ਼ਗਾਰ ਬਸ ਗੁਜ਼ਾਰਾ ਚੱਲੀ ਜਾ ਰਿਹਾ ਜੀ। ਖਾਲਸਾ ਐਡ ਨਾਲ ਸੰਪਰਕ ਜੀ ਕਿਸੇ ਨੇ ਦੱਸਿਆ ਤਾਂ ਮੈਂ ਹੁਣ ਅੱਗੇ ਦਰਖਾਸਤ ਕੀਤੀ। ਹੁਣ ਜੀ ਖਾਲਸਾ ਐਡ ਵਾਲਿਆਂ ਨੇ ਮੈਨੂੰ ਈ ਰਿਕਸ਼ਾ ਲੈ ਕੇ ਦਿੱਤਾ ਜੀ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਪਹਿਲਾਂ ਮੈਂ ਕੰਮ ਨਹੀਂ ਕਰ ਸਕਦਾ ਸੀ, ਮੈਂ ਹੁਣ ਈ ਰਿਕਸ਼ਾ ਚਲਾਉਂਦਾ ਜੀ, ਅਤੇ ਮੈਂ ਆਪਣਾ ਗੁਜ਼ਾਰਾ ਸਹੀ ਚੱਲਦਾ ਜੀ। ਮੇਰਾ 500-600 ਰੁਪਈਆ ਦਿਹਾੜੀ ਬਣ ਜਾਂਦੀ ਜੀ, ਘਰ ਦਾ ਗੁਜ਼ਾਰਾ ਚੱਲੀ ਜਾਂਦਾ ਜੀ। ਖਾਲਸਾ ਐਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ, ਮੈਂ ਦਿਲੋਂ ਧੰਨਵਾਦੀ ਹਾਂ।